ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ। ਮਹਾਰਾਜ ਤੁਹਾਨੂੰ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਬਖਸ਼ੇ, ਸਭ ਨੂੰ ਦੇਹ ਰੋਗਤਾ ਬਖਸ਼ੇ ਜੀ। ਸਾਰੇ ਆਪਣੀ ਆਪਣੀ ਜ਼ਿੰਦਗੀ 'ਚ ਮਾਣੋ ਜੀ ਇਹਨਾਂ ਦਾ। ਸੋ ਅੱਜ ਮੇਰੀ ਧੀ ਰਾਣੀ ਦਾ ਹੈਗਾ ਜੀ ਜਨਮ ਦਿਨ, ਸ਼ੁਭ ਰਿਤ ਦਾ ਜੀ। ਉਹਦੇ ਸੰਬੰਧ ਵਿੱਚ ਉਹਦੀ ਮਾਮੀ ਆ ਰਹੀ ਹੈ ਜੀ। ਉਹ ਕਹਿੰਦੀ ਵੀ ਮੈਂ ਆਪਣੇ ਵੱਲ ਅਤੇ ਉਹਦਾ ਸ਼ੁਭ ਰੀਤ ਦਾ ਬਰਥਡੇ ਸੈਲੀਬ੍ਰੇਸ਼ਨ ਕਰਨਾ ਜੀ। ਉਹ ਬੱਸ ਨੂੰ ਆ ਰਹੀ ਹੈ ਅਤੇ ਮੈਂ ਸੰਦੀਪ ਹੁਣ ਰੈਡੀ ਹੋ ਕੇ ਉਹਨੂੰ ਪਿੱਕ ਕਰਾਂਗੇ। ਅਤੇ ਪਹਿਲਾਂ ਤਾਂ ਮਿਲੋ ਜੀ ਇੱਧਰ ਸੁੱਖੋ ਭੈਣ ਜੀ ਨੂੰ ਅਤੇ ਸਾਡੀ ਬਰਥਡੇ ਗਰਲ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਅਤੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਕਰ ਦਿਓ, ਵਾਹਿਗੁਰੂ ਜੀ ਕਾ ਖਾਲਸਾ ਕਰ ਦਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇੰਨੀਆਂ ਭਾਜੜਾਂ ਪਈਆਂ ਕਿ ਮੈਂ ਰੋਟੀ ਵੀ ਹੱਥ 'ਚ ਫੜੀ ਖੜਦੀ ਹਾਂ। ਇਹਨੂੰ ਆਪਣੀ ਭਾਬੀ ਦਾ ਚੌ ਚੜਿਆ ਪਿਆ ਜੀ, ਮੇਰੀ ਭਾਬੀ ਜੀ ਨੇ ਆਉਣਾ। ਚੌ ਤਾਂ ਹੁੰਦਾ ਹੀ ਆ। ਸੋ ਖੈਰ ਅੱਜ ਸੰਦੀਪ ਵਰਮਾ ਜੀ ਦੀ ਬੇਟੀ ਦਿਸ਼ਾ ਦਾ ਵੀ ਹੈਪੀ ਬਰਥਡੇ ਹੈ ਜੀ। ਹੈਪੀ ਬਰਥਡੇ ਹੈ ਅਤੇ ਮਹਾਰਾਜ ਉਹਨੂੰ ਵੀ ਚੜ੍ਹਦੀ ਕਲਾ 'ਚ ਰੱਖਿਆ, ਤੰਦਰੁਸਤ ਰੱਖੇ, ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰਿਆ ਰਹਿੰਦੀ ਦੁਨੀਆਂ ਤੱਕ ਉਹ ਹੈ। ਹਾਂ ਆਗਿਆਕਾਰੀ ਬਣੇ। ਅਤੇ ਇੱਧਰ ਇਹਨੇ ਆਪਣੀ ਬੂਆ ਦਾ ਦਿੱਤਾ ਹੋਇਆ ਗਿਫਟ ਪਾ ਲਿਆ ਜੀ। ਹਾਂ ਇਹਨੇ ਬੂਆ ਦਾ ਗਿਫਟ ਪਾ ਲਿਆ, ਬੂਆ ਨੇ ਐਡਵਾਂਸ 'ਚ ਗਿਫਟ ਭੇਜਤਾ। ਹਾਂ ਉਹ ਤਾਂ ਆ ਨਹੀਂ ਹੁਣ ਹੈਗਾ, ਇਹ ਮੰਗਦੀ ਆ ਖਾਣ ਨੂੰ ਦਿੱਤੇ ਹੁਣ। ਸਮਝ ਲਾ ਉਹਦੀ ਪੰਜਾਬੀ ਸਮਝ ਥੋੜੀ ਬਹੁਤੀ ਵੀ ਉਹ ਕਿਆ ਕਹਿਣਾ ਚਾਹੁੰਦੀ ਆ। ਦੌਰਾ ਸਾਡਾ ਪੂਰਾ ਮੇਰਾ ਤਾਂ ਪੂਰਾ ਉਹਦੇ ਨਾਲ ਚੱਲ ਰਿਹਾ ਸੀ ਜ਼ੋਰ ਨਾਲ। ਸਾਰੇ ਗਏ ਤੇ ਇਕੱਲੇ ਵੀਰ ਇਹ ਥੋੜਾ ਦੇਖਣ ਗਿਆ ਤਾਂ। ਵੀਰ ਨੇ ਛੁੱਟੀ ਕਰੀ ਸੀ ਸਪੈਸ਼ਲ। ਹਾਂ ਅੱਜ ਨਹੀਂ ਜੀ ਉਹਨੂੰ ਛੁੱਟੀ ਕਰਾ ਸਕਿਆ ਸੀ ਕਿਉਂਕਿ ਉਹਦੀ ਪੜ੍ਹਾਈ ਥੋੜੀ ਜੀ ਹਾਰਡ ਆ। ਟੀਚਰ ਫੀਸਦੇ ਆ ਛੁੱਟੀ ਕਰਾ। ਕੁਝ ਉਹਦਾ ਐਨੀਮਲ ਫੰਕਸ਼ਨ ਆ, ਫੰਕਸ਼ਨ ਉਹਦੀਆਂ ਪ੍ਰੈਕਟਿਸਾਂ ਚੱਲਦੀਆਂ। ਐਨੀਮਲ ਫੰਕਸ਼ਨ ਹੁੰਦਾ, ਐਨੀਮਲ 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 ਇੱਕੇ ਐਨੀਮਲ ਐਨੀਮਲ ਕਰੀ ਜਾਂਦੀ ਆ, ਐਨੀਮਲ ਫੰਕਸ਼ਨ ਆ। ਇੱਕ ਤਾਂ ਕਿ ਉਹਦੇ ਪੇਪਰ ਆਉਣੇ ਆ, ਫਿਰ ਇੱਕ ਸਕੂਲ ਦੇ ਵੀ ਫੰਕਸ਼ਨ ਆ, ਇਸ ਕਰਕੇ ਅਸੀਂ ਛੁੱਟੀ ਨਹੀਂ ਕਰਾ ਸਕਦੇ, ਮੈਡਮਾਂ ਵੀ ਕਿਸਦੀ ਆ। ਜਸਮੀਨ ਵੀ ਸਕੂਲ ਚੋਂ ਪਿੱਕ ਕਰ ਸਕਦੇ ਆ, ਕਹਿੰਦੀ ਵੀ ਮਾਸੀ ਮੈਡਮ ਖਿੱਚਦੀ ਆ ਕਿਉਂਕਿ ਉਹਨਾਂ ਦੀ ਪ੍ਰੈਕਟਿਸ ਚੱਲਦੀ ਆ। ਛੁੱਟੀ ਹੋ ਗਈ ਤਾਂ ਬੇਸ਼ੱਕ ਤੁਸੀਂ ਚੱਕ ਲਿਓ। ਹਾਂ ਕੋਸ਼ਿਸ਼ ਕਰਾਂਗੇ। ਹਾਂ ਚੱਲੀਏ ਫਿਰ। ਬਸ ਇੱਕ ਹਨਾ ਜਿਹੜੀਆਂ ਸਿੱਪੀਆਂ ਸਿੱਪੀਆਂ ਜੀ ਨਿਆਣੇ ਦੇ ਦੇਖਣ ਨੂੰ ਸੋਹਣੀਆਂ ਲੱਗਦੀਆਂ ਬਸ, ਪਰ ਜਦ ਨਿਆਣਾ ਤੋੜ ਕੇ ਨਾ ਮੂੰਹ ਚ ਪਾ ਲੈਂਦਾ, ਮਤਲਬ ਕਿ ਨਾ ਇਹ ਥੋੜਾ ਜਿਹਾ ਧੋਏ ਤੇ ਇੱਕ ਤਾਂ ਸੰਦੀਪ ਕੱਪੜੇ ਬਹੁਤ ਹੁੰਦੀ ਆ ਵੇ, ਇਹਨੂੰ ਹੁਣ ਧੋਣਾ ਨਹੀਂ ਹੈਗਾ। ਜੇ ਤਾਂ ਹੁਣ ਨਿਆਣੇ ਲੈ ਲਵੇੜ ਲਿਆ ਤਾਂ ਧੋਇਆ ਜਾਣਾ, ਠੀਕ ਹੈ। ਇਹਨੂੰ ਜਾਣੀ ਕਿ ਆਪਾਂ ਮਸ਼ੀਨ ਚ ਨਹੀਂ ਧੋਵਾਂਗੇ, ਹੱਥਾਂ ਨਾਲ ਧੋ ਲਾਂਗੇ। ਮੇਰੇ ਪੁੱਤਰ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਕਿਹਦੇ ਕਾਹਦੇ? ਅਗਲੇ ਜਨਮ ਦਿਨ ਅਗਲੇ ਜਨਮ ਦਿਨ ਤੱਕ ਅਜੇ ਆਪਣੀਆਂ ਸਿਫਾਰਸ਼ਾਂ ਸ਼ੁਰੂ ਹੋ ਜਾਣੀਆਂ। ਹਾਂ ਮੈਂ ਅਰਦਾਸ ਕਰਦੀ ਹਾਂ ਜੀ, ਸਾਰੇ ਬੱਚੇ ਸ਼ਰਾਰਤੀ ਬਣਿਓ, ਸ਼ਰਾਰਤੀ ਨਾ ਬਣਿਓ, ਇਹ ਮਤਲਬ ਕਿ ਇਹ ਕਹਿ ਰਹੀ ਆ। ਚਲੋ ਫਿਰ ਚੱਲੀਏ ਆਪਾਂ, ਨਿਕਲੇ ਲੈ ਕੇ ਬੈਗ ਨੂੰ। ਚਲੋ ਜੀ ਚਲੋ, ਚਲੀ ਮੈਂ ਵੀ ਚਾਣਾ ਤੈ ਜਣ। ਹਾਏ ਆ ਗਿਆ ਮੇਰਾ ਪੁੱਤ, ਮੈਂ ਤਾਂ ਕਹਿਣ ਲੱਗੀ ਏ। ਅੱਜ ਮਹਾ ਸਿੰਘ ਵੀਰੇ ਦਾ ਫੋਨ ਆਇਆ ਵੀਡੀਓ ਕਾਲ ਤੇ, ਉਹਨੂੰ ਕਹਿੰਦੀ ਮਾਮਾ ਐਕਣੀ ਹੈ ਫੇ ਮਾਮਾ ਮੂਮਾ ਛਮ ਚਲੋ ਠੀਕ ਆ ਜੀ, ਹੁਣ ਮੈਂ ਤੁਹਾਨੂੰ ਮਿਲਦਾ ਅੱਗੇ ਚੱਲ ਕੇ, ਦੇਖਦੇ ਆ ਦੀ ਮਾਮੀ ਕਿੱਥੇ ਕੇ ਸਾਨੂੰ ਮਿਲਦੀ ਹੈ ਚੱਲ ਕੇ। ਮਿਲੋ ਜੀ ਮਾਮੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਾਤਮਾ ਤੁਹਾਨੂੰ ਸਾਰਿਆਂ ਚੜ੍ਹਦੀ ਕਲਾ 'ਚ ਰੱਖੇ, ਚੜ੍ਹਦੀ ਕਲਾ 'ਚ ਰੱਖਿਆ ਜੀ ਸਾਰਿਆਂ ਨੂੰ।
ਤੇ ਤੁਹਾਨੂੰ ਪਤਾ ਹੀ ਸ਼ੁਭਰ ਹੀ ਤਾਂ ਹੈਗਾ ਬਰਥਡੇ ਹੈ ਮਾਮੀ ਖੁਸ਼ੀ ਖੁਸ਼ੀ ਰੋਡ ਵਿੱਚ ਦੀਆਂ ਬੱਸਾਂ ਲੱਭਦੀ ਫਿਰੀਗੀ ਪੀ ਆਰ ਟੀ ਸੀ ਦੀਆਂ ਵੀ ਆਧਾਰ ਕਾਰਡ ਦਿਖਾ ਕੇ ਮੈਂ ਫਰੀ ਸਫ਼ਰ ਕਰਨਾ ਪਰ ਔਖੀ ਮਿਲਦੀਆਂ ਨਾ ਉਹ ਮੈਂ ਕੋਈ ਨਹੀਂ ਲੱਭੀ ਹੈ ਹਾਂ ਮੈਂ ਪ੍ਰਾਈਵੇਟ ਆਈ ਹਾਂ ਨਾ ਮੇਰੀ ਭਰਜਾਈ ਤਾਂ ਜਲਦੀ ਪਹੁੰਚ ਉਹ ਮਿਲਦੀਆਂ ਨਹੀਂ ਪੰਗਾ ਤਾਂ ਉਹ ਵੀ ਉਹ ਮਿਲਦੀਆਂ ਹੀ ਨਹੀਂ ਹੈਗੀਆਂ ਉਹ ਨਾ ਜਿੱਤੀ ਜਿੱਤੀ ਕਿਸੇ ਅੱਡੇ ਪਰ ਰੁਕਦੀਆਂ ਪ੍ਰਾਈਵੇਟ ਚ ਸਫ਼ਰ ਕਰਨਾ ਪੈਂਦਾ ਚੱਲ ਕੋਈ ਨੀ ਇਹਦਾ ਚਲੋ ਮੇਰਾ ਮਜ਼ਾਕ ਕਰਨਾ ਸੀ ਹੈ ਰੀਤ ਇਹਦੇ ਕੋਲ ਜਾਂਦੀ ਨੀ ਹਜੇ ਥੋੜਾ ਜਿਹਾ गिफ्ट मैं तो क्या इन्हें लिफाफे लेके आई है मामी कितने गिफ्ट ले आई टिब्बी साहब जाऊगी सतलुज दरिया को भी कहने मैं भी जाना तै भी जाना है चलो फिर भाई शुभरीत ने भी कहता भी मैं भी जाना शुभरीत चल जाऊंगी मेरे नाल ये तो अपना खेलने से मस्त है इन्हें कुछ मस्तियां ज्यादा कर लगी अजकल हाँ जू जू हूं हशियार हो जाती ना त्यों त्यों एदिया मस्तियां भी ज्यादा होने लग गया दे ला पुत्तू चलो हूं मैं इन्हू लेके चलदा जी गुरुद्वारे च उत्थे करदे नमस्कार पर उस ते बाद गिफ्ट भी देखदे आ भी केड़ा लेना केड़ा नहीं ਤੁਸੀਂ ਇੱਦਾਂ ਹੀ ਵੀਡੀਓ ਦੇ ਨਾਲ ਬਣੇ ਰਹੋ ਜੀ ਪਹੁੰਚ ਗਏ ਜੀ ਗੁਰਦੁਆਰਾ ਟਿੱਬੀ ਸਾਹਿਬ ਗੁਰੂ ਘਰ ਨਮਸਕਾਰ ਕਰਕੇ ਜੀ ਅਸੀਂ ਅਸੀਂ ਪਹੁੰਚ ਗਏ ਮੇਨ ਬਾਜ਼ਾਰ 'ਚ ਸੰਜੇ ਬੇਕਰੀ ਅਤੇ ਹੁਣ ਇੱਥੇ ਕੇਕ ਕਰਾਂਗੇ ਸਲੈਕਟ ਜੋ ਕਿ ਇਹਦੇ ਸ਼ੁਭਰੀਤ ਦੇ ਮਾਮੇ ਵੱਲ 'ਤੇ ਹੋਊਗਾ ਜੀ ਬਹੁਤ ਉਹਨੇ ਜ਼ੋਰ ਲਾਇਆ ਵਾ ਵੀ ਗਿਫਟ ਵੀ ਦੇਣਾ ਕੇਕ ਵੀ ਮੇਰੇ ਕਿੰਨੀ 'ਤੇ ਹੋਊਗਾ ਸੋ ਖੈਰ ਅਤੇ ਪਹਿਲਾਂ ਤਾਂ ਮਿਲੋ ਜੀ ਦੁਕਾਨ ਦੇ ਓਨਰ ਨੂੰ ਸਤਿ ਸ਼੍ਰੀ ਅਕਾਲ ਜੀ ਕੇਕ ਦਿਖਾ ਦਿਓ ਜੀ
ਹੁਕਮ ਤਾਂ ਕਰਦੇ ਆ ਜਿਹੜੇ ਜਿਨ੍ਹਾਂ ਨੇ ਹੁਕਮ ਕਰਨਾ ਉਹ ਤਾਂ ਬਹਿ ਗਈਆਂ ਉੱਥੇ ਜਾ ਕੇ ਸਾਈਡ ਪਰ ਚੈੱਕ ਕਰਨਾ ਚੈੱਕ ਮਾਮੀ ਨੇ ਕਰਨਾ ਤਾਂ ਮਾਮੀ ਵੀ ਕਰੂਗੀ ਨਾਲੇ ਮੇਰੇ ਹਾਂ ਮੈਂ ਵੀ ਚੈੱਕ ਕਰ ਸਕਦੀ ਆ ਵਧੀਆ ਹੈ ਕੋਈ ਅਲੱਗ ਜਿਹੀ ਆਈਟਮ ਪੇਸ਼ ਕਰੋ ਬਈ ਇਹ ਮੁੰਡਾ ਬਾਹਰ ਤੇ ਭਾਈ ਕਹਿੰਦਾ ਮਾਮਾ ਇਹਦਾ ਵੀ ਕੁੜੀ ਦਾ ਐਵੇਂ ਨਹੀਂ ਮਾਮੀ ਤਾਂ ਸੁਣ ਜੀ ਹੋ ਕੇ ਖੜ ਗਈ ਚੱਲ ਸੁਣ ਹੈ ਹਾਏ ਓਏ ਮਾਮੀ ਨੂੰ ਕਿਆ ਪੁੱਛਣਾ ਪੈਸੇ ਮਾਮੀ ਨੇ ਲਾਉਣੇ ਨੇ ਇਹਦੇ ਪਰ ਆਹ ਤਾਂ ਆਈਟਮ ਵਧੀਆ ਯਾਰ ਗੁੱਡੀ ਜੀ ਚੱਕ ਕਰਨੀ ਇੱਥੇ ਜਿੱਥੇ ਬਾਕੀ ਸਮਾਨ ਤੁਸੀਂ ਖਾ ਲੈਣਾ ਨਾ ਗੁੱਡੀ ਸੁਦੀਪ ਨੂੰ ਦੇ ਦਿਓ ਇਹਨੂੰ ਸੋਰੀ ਸ਼ੁਭਰੀਤ ਨੂੰ ਦੇ ਦਿਓ ਹੈ ਜਿੱਦਾਂ ਹੁਣ ਉਹ ਚੌਰਸ ਤੁਹਾਡਾ 2 ਕਿਲੋ ਲੱਗਿਆ ਉਦਾਂ ਹੀ ਮਟੀਰੀਅਲ ਉੱਪਰ ਨੂੰ ਲੱਗਿਆ ਹੋਇਆ ਜੀ ਸੇਮ ਚੀਜ਼ ਹੁੰਦੀ ਆ ਬਸ ਸਕੁਅਰ ਸ਼ੇਪ ਹੈ ਉਨੀ ਕੀ ਕਰੀਮ ਯੂਜ਼ ਅਪ ਹੁੰਦੀ ਆ ਕੋਈ ਜ਼ਿਆਦਾ ਐਕਸਟਰਾ ਨਹੀਂ ਮੈਂ ਮੂੰਹ ਚ ਕੀਰੀ ਨਹੀਂ ਆ ਜਾਂਦੀ ਆ ਕਈ ਵਾਰ ਪੁੱਛ ਮਾਮੀ ਨੂੰ ਕੀ ਕਰਨਾ ਪਰ ਆਹੀ ਕਰਨਾ ਸਿਲੈਕਟ ਚਲੋ ਕਰਾ ਦੋ ਐ ਹੁਣ ਇਹੀ ਦੇ ਦੂੰਗਾ ਸਾਨੂੰ ਕਿ ਹੋਰ ਬਿਲਕੁਲ ਤਾਜ਼ਾ ਹਜੇ ਲੱਗੇ ਹੀ ਹੈ ਜੀ ਵੈਸੇ ਕਿਸ ਦਾ ਆਰਡਰ ਹੈ ਤੁਹਾਡੇ ਲਈ ਪਹਿਲਾਂ ਕਰ ਦਿੰਦੇ ਹੁਣ ਲਈ ਅਲੱਗ ਬਣ ਜਾਏਗਾ ਚਲੋ ਠੀਕ ਹੈ ਜੀ ਹੁਣ ਅਸੀਂ ਹੋਰ ਕੀ ਲੈਣਾ ਖਾ ਪੀ ਲੈਣੇ ਫਿਰ ਆਪਾਂ ਉਹ ਤਾਂ ਮੈਨੂੰ ਪਹਿਲਾਂ ਪਤਾ ਤੁਹਾਡਾ ਕੋਈ ਨਾ ਹੁਣ ਆਈ ਆ ਮੰਮੀ ਇੰਨੀ ਦੂਰ ਖਾਓ ਜੋ ਮਰਜ਼ੀ ਸਾਰਾ ਕੁਝ ਖਾਣ ਨੂੰ ਪਿਆ ਇੱਥੇ ਪੈਟੀਆਂ ਕਰੀਮ ਰੋਲ ਬਿਸਕੁਟ ਪਤਾ ਨਹੀਂ ਕਿਆ ਕਿਆ ਆਈਟਮਾਂ ਪਈਆਂ ਜੋ ਮਰਜ਼ੀ ਖਾਓ ਚਲੋ ਖਲਾਓ ਪੀਜ਼ਾ ਵੀ ਹੈਗਾ ਪੀਜ਼ਾ 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 ਉਹ ਪੀਣਾ ਪੀਜ਼ਾ ਪੰਜਾਬੀ ਚ ਬੋਲਦੇ ਪੀਜ਼ਾ ਪੀਂਦੇ ਹੈ ਨਹੀਂ ਪਰ ਖਾਂਦੇ ਆ ਪਰ ਖਾਂਦੇ ਆ ਤੂੰ ਚਲੋ ਦੇਖਦਾ ਜੀ ਉਹਨਾਂ ਦੀ ਮੈਂ ਕਰ ਦੇਵਾਂ ਥੋੜ੍ਹੀ ਜਿਹੀ ਸੇਵਾ ਪਾਣੀ ਮਾਮੀ ਦੀ ਇਹਦੀ ਖਲਾ ਦੇ ਮੈਂ ਇਹਨੂੰ ਕੁਛ ਹੈ ਠੀਕ ਆ ਫਿਰ ਦੇਖਦੇ ਅੱਗੇ ਕਿਆ ਬਣਦਾ ਹੋ ਗਿਆ ਜੀ ਰੈਡੀ ਸ਼ੁਭਰਿਤ ਦਾ ਬਰਥਡੇ ਕੇਕ ਬਰਥਡੇ ਕੇਕ ਮਾਮੀ ਖੁਸ਼ ਮਾਮੀ ਖੁਸ਼ ਤਾਂ ਸਾਰੇ ਖੁਸ਼ ਮਾਮੀ ਰੁੱਸਣੀ ਚਾਹੀਦੀ ਮਾਮੀ ਇੰਨੀ ਦੂਰ ਤੇ ਆਏ ਦੁਖੀ ਹੋਣ ਨੂੰ ਥੋੜ੍ਹਾ ਕਰ ਦਿਓ ਜੀ ਪੈਕ ਕਰ ਦਿਓ ਸਾਨੂੰ ਪੈਕ ਕਰੋ ਤੁਸੀਂ ਅਤੇ ਸਾਡਾ ਤਾਂ ਚੱਲੀ ਜਾਣਾ ਜੀ ਇੱਧਰ ਹਾਸੀ ਮਜ਼ਾਕ ਇੱਦਾਂ ਹੀ ਅਸੀਂ ਆਪਣਾ ਬਲੌਗ ਪੂਰਾ ਕਰ ਲੈਣਾ ਹੌਲੀ ਹੌਲੀ ਇਹਨੂੰ ਖੋਲ ਦਿੰਦੀ ਆ ਓਏ ਇਹ ਬਰਥਡੇ ਕਰਨ ਬਰਥਡੇ ਕਰਨ ਖੋਲ ਕੇ ਖਾ ਲਾ ਪੱਤਰ ਨੂੰ ਵਿਚਾਰੀ ਉੱਪਰ ਇਹ ਦਿੰਦੇ ਆ ਵੱਡੇ ਜਾਂਦੇ ਇਹਨੇ ਕੱਪੜੇ ਲਪੇੜ ਲੈਣੇ ਸਾਰੇ ਤਾਂ ਕਰਕੇ ਨਹੀਂ ਖੋਲਦੇ ਹੈਗੇ ਉਹਦੇ ਕਰਕੇ ਚੱਕਰ ਆ ਇਹਨੂੰ ਉਸ ਹਿਸਾਬ ਨਾਲ ਪੈਕ ਕਰੀ ਵੀਰ ਵੀ ਇਹ ਗੁੱਡੀ ਇੱਕ ਨਹੀਂ ਖੜੀ ਰਹਿ ਜਾਵੇ ਜੇ ਗੁੱਡੀ ਬਹਿ ਗਈ ਨਾ ਘਰ ਮੈਨੂੰ ਮੁੜ ਕੇ ਆਉਣਾ ਪੈਣਾ ਹਾਂ ਫਿਰ ਨਾ ਬਾਅਦ 'ਚ ਕਹੀ ਮੈਨੂੰ ਫਿਰ ਮੈਂ ਗੁੱਡੀ ਡਾਂਸ ਲੱਜਣਾ ਕਰਨ ਇਹਨਾਂ ਨੇ ਵੀ ਨਾਲੇ ਇਹਨਾਂ ਦੇ ਵੀ ਸ਼ੁਰੂ ਹੋ ਜਾਣਾ ਨਾਲੇ ਡਾਂਸ ਕਿਉਂ ਭੱਜਣਾ ਪੈਣਾ ਮੈਨੂੰ ਮੌਕੇ ਦੀ ਮੌਕੇ ਇੱਧਰ ਇਹਨੂੰ ਤਾਂ ਨੀਂਦ ਲੱਗ ਗਈ ਹੁਣ ਕਾਫੀ ਟੱਕ ਟਾਪ ਭੰਨ ਕਰਨੀ ਪੈਣੀ ਹੈ ਹਾਂਜੀ ਇਹਨੂੰ ਪੈਕ ਕਰਨ ਵਾਸਤੇ ਕਾਫੀ ਟਾਪ ਭੰਨ ਕਰਨੀ ਪੈਣੀ ਹੈ ਹਾਂਜੀ ਤੁਹਾਨੂੰ ਬਹੁਤ ਸੰਭਾਲ ਕੇ ਲੈਣਾ ਪੈਣਾ ਸੰਜੀਵ ਤੁਸੀਂ ਕਾਹਦੇ ਵਾਸਤੇ ਮੈਂ ਗੱਡੀ ਚਲਾਉਂਗਾ ਕਿ ਇਹਨੂੰ ਸੰਭਾਲੂਗਾ ਮਾਮੀ ਫੜ ਲੈਣਾ ਆ ਦੇਖੋ ਠੀਕ ਹੈ ਜੀ ਬਾ ਠੀਕ ਹੈ ਇੱਕ ਬਟਰ ਵਿੱਚ ਬੈਠ ਹਾਂ ਅੱਛਾ ਇਦਾਂ ਕਰ ਦੇਣਾ ਉਹ ਪੈਕ ਕੋਈ ਲੈ ਜਾਣਾ ਔਖਾ ਨਹੀਂ ਹੈ ਹਾਂ ਆਰਾਮ ਨਾਲ ਜਾਏ ਬਾ ਠੀਕ ਹੈ ਫਾਇਦਾ ਗੱਡੀ ਖੜੀ ਹੈ ਉੱਥੇ ਗੱਡੀ 'ਚ ਸਾਡੀ 'ਚ ਚੂਹੇ ਵੀ ਹੈਗੇ ਦੇਖੀ ਜਾਓ ਕਿ ਹੁਣ ਕਿਆ ਬਣਦਾ ਇਹਦਾ ਹੁਣ ਜੇ ਕਿਤੇ ਉਤਰਨਾ ਪੈ ਗਿਆ ਇੱਕ ਬੰਦਾ ਕੇਕ ਦੇ ਕੋਲੇ ਬੈਠੂਗਾ ਚਲੋ ਠੀਕ ਹੈ ਜੀ ਹੁਣ ਤੁਹਾਨੂੰ ਗਾਹ ਹੀ ਮਿਲਦੇ ਚੱਲ ਪਹੁੰਚ ਗਏ ਜੀ ਗਿਫਟ ਸ਼ੋਪ ਦੇ ਵਿੱਚ ਅਤੇ
ਇਹਦੀ ਮਾਮੀ ਨੇ ਜੀ ਇਹਦੇ ਵਾਸਤੇ ਸਿਲੈਕਟ ਕਰਨਾ ਗਿਫਟ, ਰੀਤ ਨੇ ਤਾਂ ਕਰ ਲਿਆ ਆਪਣੇ ਵਾਸਤੇ ਪਹਿਲੀ ਸਿਲੈਕਟ ਆ। ਤੁਹਾਨੂੰ ਵੀ ਇਹੀ ਵਧੀਆ ਲੱਗਿਆ, ਪੈਸੇ ਵੀ ਇਹਦੇ ਵਧੀ ਹੈ। ਹਾਂ ਅੱਛਾ, ਕੋਈ ਨੀ, ਦਰਖਤਾਂ ਨੂੰ ਲੱਗਦੇ ਮੁਲਾਦਾ ਅੱਛਾ, ਇਹ ਵੀ ਠੀਕ ਆ। ਮੂਹਰੇ ਗਰਮੀ ਆਉਂਦੀਆਂ ਟੋਕਰੀ ਵੀ ਦਾਲੇ ਦੇ ਬਾਹਰ ਬੈਠ ਗਈ ਮੇਰੇ ਕੋਲੇ, ਕਵਰ ਦੇਖ ਲਓ ਹੁਣ, ਦੇਖੋ ਰੇਟ ਰੂਟ ਦੇਖਣਾ ਪੈਣਾ ਇਹਨਾਂ ਦਾ ਵੀ, ਰੇਟ ਵੀ ਹੈਗਾ ਐਂ ਨਾ ਉਹੀ ਜੇ ਆਪਣੇ ਕੱਪੜੇ ਲਾ ਲਿਓ ਉਹਦਾ ਫਾਇਦਾ ਕਿਆ, ਫਿਰ ਸਭ ਕੁਛ ਦੇਖਣਾ ਪੈਂਦਾ। ਜੀ ਮਾਮੀ ਨੂੰ ਤਾਂ ਪਹਿਲੇ ਹਲੀ ਚੀਜ਼ ਪਸੰਦ ਆ ਜਾਂਦੀ ਜਿਹੜੀ ਦੇਖ ਕੇ ਬਸ। ਹਾਂ ਉਹ ਆ ਤਾਂ ਬਹੁਤ ਹੈਵੀ ਆ ਯਾਰ, ਉਹੀ ਚੀਜ਼ ਆ, ਨਹੀਂ ਫਰਕ ਹੋਊਗਾ। ਕਿਆ ਹੋਇਆ ਪੁੱਤਰ, ਕਿਆ ਹੋਇਆ? ਉਹ ਕਹਿੰਦੀ ਮੈਨੂੰ ਤਾਂ ਭੁੱਲ ਗਏ ਤੁਸੀਂ, ਕਹਿੰਦੀ ਮੈਂ ਤੁਹਾਨੂੰ ਰੇਨਾ ਸਾਈਕਲ ਹੀ। ਪਾਪਾ ਜੀ ਦੱਸਿਓ ਇਹਦਾ ਫਰਕ ਆ ਕੁਛ? ਹਾਂਜੀ 500 ਰੁਪਏ ਦਾ ਫਰਕ, ਬਾਕੀ ਸਭ ਸੇਮ ਹੈ ਇਹਦੇ 'ਚ। ਅੱਛਾ ਜੀ, ਇਹਦੇ 'ਚ ਕਿਆ ਵੀ ਮਤਲਬ ਚੀਟ ਤਾਂ ਉਵੇਂ ਹੀ ਸਾਰਾ ਕੁਛ ਉਵੇਂ ਹੀ। ਹਾਂਜੀ ਇਹਦੇ 'ਚ ਕਿਆ ਐਕਸਟਰਾ ਜਿਹੜਾ 500 ਰੁਪਏ ਦਾ ਫਰਕ? ਸਰ ਇਹਦੇ 'ਚ ਸਿਰਫ ਇਹੀ ਆ ਕਿ ਹਾਂ ਵੀ ਇਹਦੇ 'ਚ ਹੁੱਡ ਲੱਗ ਗਈ। ਅੱਛਾ ਅੱਛਾ, ਇਹਦੇ 'ਚ ਹੁੱਡ ਆ ਗਈ। ਠੀਕ ਆ ਠੀਕ ਆ, ਹੁੱਡ ਆ ਗਈ ਹੁੱਡ ਤੋਂ ਬਗੈਰ। ਠੀਕ ਆ ਠੀਕ ਆ, ਕਿਹੜੀ ਲੈਣੀ ਭਾਜੀ? ਆਹ ਲੈਣੀ ਕੋਲ ਲੈਣੀ, ਉਹ ਵੀ ਵਧੀਆ ਹੈ, ਆਹ ਵੀ ਵਧੀਆ ਦੇਖਣ ਨੂੰ ਤਾਂ ਸਾਰਾ ਕੁਛ ਵਧੀਆ ਲੱਗਦਾ ਹੁੰਦਾ ਦੁਕਾਨਾਂ 'ਚ। ਹਾਂ ਵਧੀਆ ਰੱਖਿਆ ਵਾ ਸਮਾਨ, ਇੱਥੇ ਦੂਆ ਤਾਂ ਸਮਾਨ ਕੋਈ ਨਹੀਂ ਰੱਖਿਆ ਵਾ। ਚੱਲ ਕਰਦੇ ਹਾਂ ਡਿਸਾਈਡ, ਆ ਜਾਓ ਆਪੇ ਬੋਕਰ ਹੈ ਜਾਂ ਹੁਣ ਬੱਚਿਆਂ ਦੀ ਦੁਕਾਨ ਹੈ ਟੋਏ ਦੀ, ਫਿਰ ਤਾਂ ਸਮਾਨ ਤਾਂ ਸਾਰਾ ਹੀ ਹੋਊਗਾ। ਸ਼ੀਸ਼ੀ ਇਹਨੇ ਪੀਣੀ ਨਹੀਂ ਹੈਗੀ, ਸਿਪਰ ਪੀਂਦੀ ਨਹੀਂ। ਹਾਂ ਸ਼ੀਸ਼ੀ ਪੀਊਗੀ, ਵਾਹ। ਉਹ ਬੈਟਰੀ ਵਾਲੀ ਵੀ ਪਈਆਂ ਪਰ ਲੈਣੀ ਨਹੀਂ ਹੈਗੀ। ਕਿਉਂ ਬੈਟਰੀ ਵਾਲੀ ਲੈ ਲਓ? ਨਾ ਨਾ ਨਾ, ਹੈ ਸਿੰਦਰ ਵਾਲੀ ਦੇਖ ਲਓ ਜੀ। ਹੈ ਬੈਟਰੀ ਵਾਲੀ ਉਹ ਦੇਖ ਲਓ, ਬੈਟਰੀ ਵਾਲੀ ਨਹੀਂ, ਬੈਟਰੀ ਨੇ ਬਸ ਥੋੜਾ ਜਿਹਾ ਟਾਈਮ ਕੱਢਦੀ ਹੈ, ਮਹੀਨੇ ਦੋ ਮਹੀਨੇ, ਉਹਦੇ ਬਾਅਦ ਆਰਾਮ ਨਾਮ ਸੱਤ ਆ ਨਾ, ਫਿਰ ਉਹ ਪੈਰਾਂ ਨਾਲ ਰੁੜਦੀ ਹੈ ਨਾ ਦੂਏ ਲੋਟ ਆ। ਲੈ ਫਸਾ ਦੇ ਇਹਨੂੰ ਵਿੱਚ। ਚੰਨਾ ਮੋਨਾ ਨੋਨਾ ਮੋਨਾ ਤੋਤਾ ਤੋਤਾ ਕਾਕਾ, ਉੱਪਰ ਦੇਖ ਇੱਧਰ ਥੱਲੇ ਨੂੰ ਦੇਖੀ ਜਾਂਦੀ ਹੈ। ਲੈ ਖੁਸ਼ ਆ ਪੂਰੀ, ਇਹ ਪਈਆਂ ਬੈਟਰੀ ਵਾਲੀਆਂ। ਉਹ ਹਮਰ ਖੜੀ ਆ 4x4, ਉਹ ਉੱਪਰ ਚਿੱਟੇ ਕਲਰ 'ਚ, ਸਮਾਨ ਤਾਂ ਬਥੇਰਾ ਹੈ, ਮੋਟਰਸਾਈਕਲ ਵੀ ਖੜੇ ਆ। ਚੱਲ ਫਿਰ ਕਿਹੜੀ ਲੈਣੀ ਆ? ਉਹ ਹਾਂ ਯਾਰ, ਹਾਂ ਐਡੀ ਬੜੀ ਨਹੀਂ ਲੈਣੀ ਹੈਗੀ, ਇਹ ਡਬਲ ਜਵਾਕਾਂ ਵਾਸਤੇ ਜੇ ਕਰਨਾ ਇਹਦੇ 'ਚ ਬਹਿ ਗਿਆ ਬਸ ਸਰ ਗਿਆ, ਨਾਲੇ ਬੈਟਰੀ ਵਾਲੀ ਤਾਂ ਮੈਂ ਉਦੋਂ ਹੀ ਨਹੀਂ ਲੈ ਕੇ ਖੁਸ਼ ਹਾਂ, ਇਹ ਥੋੜ੍ਹਾ ਜਿਹਾ ਟਾਈਮ ਚੱਲਦੀ ਉਹਦੇ ਬਾਅਦ ਵਹਿਗਰੂ ਵਹਿਗਰੂ ਹੋ ਜਾਂਦਾ ਇਹਨਾਂ ਦਾ। ਲੈ ਹੁਣ ਚਲਾ ਦੇਣੀ, ਲੈ ਚਲਾ ਲਓ, ਵੱਜਦੀਆਂ ਰੇਸਾਂ ਐਕਣੀ ਆ। ਅਗਲੇ ਸਾਲ ਨੂੰ ਜੇ ਕਿਤੇ 2 ਸਾਲ ਤੱਕ ਇਹਨੇ ਮਗਰ ਪਈ ਕਰਨਾ ਐਕਣਾ, ਜੇ ਬਠਾਲਤੀ ਵਿੱਚ ਨਾਲ ਦੀ ਨਾਲ ਇਹਦਾ ਹੁਣੇ ਹੋਣਾ। ਉਹ ਵੀ ਹੁਣ ਇਹਦੀ ਮਾਮੀ ਨੇ ਕਹਿ ਦਿੱਤਾ ਤਾਂ ਲਿਆ ਮੈਂ, ਨਹੀਂ ਤਾਂ ਮੈਂ ਲੈ ਕੇ ਨਹੀਂ ਤੀ ਆਉਣੀ, ਨਹੀਂ ਤਾਂ ਮੈਂ ਬਾਹਰੇ ਬਾਹਰ ਸਾੜ ਦੇਣਾ, ਤਾਂ ਗੜੀਰ ਨਾ ਦਵਾ ਦੇਣਾ, ਤਾਂ ਲੱਕੜੀ ਵਾਲੇ ਮਿਸਤਰੀ ਤੇ ਬਣਵਾ ਕੇ। ਚਲੋ ਦੇਖੋ ਫਿਰ ਜਿਹੜੀ ਸਾਈਕਲ ਹੀ ਲੈਣੀ ਉਹ ਦੇਖੋ, ਚਲੋ ਆਦਾ ਲੈ 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 ਆਦ ਕਿਵੇਂ ਜ਼ੋਰ ਮਾਰਦੀ ਆ, ਗਿਫਟ ਲਿਆ ਜੀ। ਮਾਮੀ ਤਾਂ ਪੂਰੀ ਖੁਸ਼ ਆ, ਰੁਪਈਆ 5000 ਲਾਇਆ ਜੀ, ਪਰ ਮੈਂ ਦੁਖੀ ਆ। ਤੁਸੀਂ ਦੁਖੀ ਕਾਤੇ ਭਾਜੀ? ਮੈਂ ਦੁਖੀ ਇਸ ਕਰਕੇ ਆ ਵੀ ਇਹ ਤੁਹਾਡੇ ਪੈਸੇ ਹੈਗੇ ਸਾਰੇ ਨਜਾਇਜ਼ ਖਰਚਾ, ਇਹਦੀ ਕੋਈ ਜ਼ਰੂਰਤ ਨਹੀਂ ਤੀ ਹੈਗੀ, ਪਰ ਤੁਸੀਂ ਇਹ ਭਾਈ ਮੇਰਾ ਕਹਿਣਾ ਨਹੀਂ ਮੰਨਿਆ, ਇਹ ਕਹੀ ਗਿਆ ਵੀ ਇਹਦੇ ਮਾਮੇ ਦੀ ਖੁਆਇਸ਼ ਹੈ, ਇਹਦੇ ਮਾਮੇ ਦੀ ਖੁਆਇਸ਼ ਹੈ, ਇਹਦੇ ਮਾਮੇ ਦੀ ਖੁਆਇਸ਼ ਹੈ, ਆਇਓ ਚੱਲੀ ਗਿਆ। ਹਾਂ ਆਪਣਾ ਹੋ ਗਿਆ ਮੂੰਹ ਬੰਦ। ਹਾਂ ਚਲੋ ਹੁਣ ਜੋ ਭਾਈ ਇਹਨਾਂ
ਇਹਨਾਂ ਨੇ ਜੋ ਕਰਨਾ ਤਾਂ ਕਰਤਾ ਮੈਂ ਕੁਛ ਨਹੀਂ ਕਰਿਆ ਇਹ ਵੀ ਨਾਲੇ ਸੀ ਮੇਰਾ ਵੀਰ ਹੋ ਗਿਆ ਮੇਰਾ ਵੀਰ ਆਇਆ ਕਹਿੰਦਾ ਮੇਰਾ ਵੀਰ 5 ਦਿਨ ਹੋ ਗਏ ਜੀ ਫੋਨ ਚੱਲਦੇ ਨੇ ਉਹਨਾਂ ਦਾ ਹੈਂ ਪਿੰਦਰ ਆਇਆ ਕਹਿੰਦਾ ਮੇਰੀ ਭਾਬੀ ਆਇਆ ਕਹਿੰਦੀ ਹੈ ਪਿੰਦਰ ਆਇਆ ਕਹਿੰਦਾ ਭਾਬੀ ਆਇਆ ਕਹਿੰਦੀ ਹੈ ਡੈਡੀ ਵੀ ਆ ਹਾਂ ਇੱਕ ਮੈਂਬਰ ਸਾਡਾ ਹੋਰ ਰਹਿ ਗਿਆ ਭਾਜੀ ਮਨਪ੍ਰੀਤ ਮਨਪ੍ਰੀਤ ਇਟਲੀ ਉਹ ਨਹੀਂ ਐਨੀ ਉਹ ਐਨੀ ਐਨੀ ਟੈਨਸ਼ਨ ਨਹੀਂ ਲੈਂਦੀ ਹੋਏਗੀ ਉਹ ਲੈਂਦੀ ਆ ਹਾਂ ਅੱਛਾ ਐਨੀ ਟੈਨਸ਼ਨ ਲੈਂਦੀ ਆ ਫੇਰ ਠੀਕ ਆ ਮੈਨੂੰ ਤਾਂ ਲੱਗਦਾ ਹੈਗਾ ਵੀ ਉਹ ਟੈਨਸ਼ਨ ਲੈਂਦੀ ਹੋਊਗੀ ਲੈਂਦੀ ਆ ਹਾਂ ਫੇਰ ਠੀਕ ਆ ਜਾਨੀ ਉਹ ਬਰਥਡੇ ਬਰਥਡੇ 12 ਵਜੇ ਉਹਨੇ ਪੂਰੇ ਕਰੈਕਟ 12 ਵਜੇ ਉਹਦਾ ਮੈਸੇਜ ਆ ਗਿਆ ਸੀ ਸ਼ੁਭਰੀਤ ਦੇ ਬਰਥਡੇ ਦਾ ਚਲੋ ਧੰਨਵਾਦ ਆ ਭਾਈ ਇਹ ਸੈਲੀਬ੍ਰੇਸ਼ਨ ਕਰਨ ਆਈ ਹਾਂ ਚਲੋ ਠੀਕ ਆ ਜੀ ਓਕੇ ਅਗਲੀ ਵੀਡੀਓ 'ਚ ਮਿਲਦੇ ਤੁਹਾਨੂੰ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ